a South Asian Canadian channel. ਵਾਈ ਮੀਡੀਆ ਗਰੁੱਪ ਦੇ ਚੈਨਲ ਵਾਈ ਦੇ ਸਾਰੇ ਦਰਸ਼ਕਾਂ ਨੂੰ ਕਮਲਪ੍ਰੀਤ ਕੌਰ ਦੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਪੇਸ਼ ਹੈ ਸਾਡਾ ਪ੍ਰੋਗਰਾਮ ਗਰਾਊਂਡ ਜ਼ੀਰੋ ਤੇ ਮੇਰੇ ਨਾਲ ਮੇਰੇ ਸਹਿਯੋਗੀ ਇੰਦਰਜੀਤ ਬਖਸ਼ੀ ਜੀ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਤੇ ਜਿਵੇਂ ਆਪਾਂ ਨੂੰ ਪਤਾ ਹੀ ਹੈ ਕਿ ਪੰਜਾਬ ਦੀ ਸਿਆਸਤ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਤੋਂ ਬਾਅਦ ਕਾਫੀ ਗਰਮਾਈ ਹੋਈ ਹੈ ਤੇ ਸਿਆਸਤ ਦੇ ਵਿੱਚ ਕਈਆਂ ਨੇ ਮੁੱਖ ਮੰਤਰੀ ਨੂੰ ਲੈ ਕੇ ਆਪਣੇ ਸੁਪਨੇ ਸਜਾਏ ਨੇ ਤੇ ਕਈ ਰੇਸ 'ਚ ਵੀ ਆਏ ਨੇ ਜੇ ਆਪਾਂ ਗੱਲ ਅੰਬਿਕਾ ਸੋਨੀ ਦੀ ਕਰੀਏ ਨਵਜੋਤ ਸਿੰਘ ਸਿੱਧੂ ਦੀ ਜਾਂ ਸੁਨੀਲ ਜਾਖੜ ਜਾਂ ਸੁਖਜਿੰਦਰ ਰੰਧਾਵਾ ਇਹ ਸਾਰੇ ਮੁੱਖ ਮੰਤਰੀ ਦੀ ਰੇਸ 'ਚ ਨੇ ਪਰ ਇਹਨਾਂ ਦੇ ਵਿੱਚੋਂ ਅੰਬਿਕਾ ਸੋਨੀ ਜਾਂ ਹੋਰ ਮੁੱਖ ਮੰਤਰੀ ਆਪਣੀ ਰੇਸ ਦੇ ਵਿੱਚ ਜਿੱਤਣ ਦੇ ਲਈ ਅੱਜ ਰਾਹੁਲ ਗਾਂਧੀ ਦੇ ਘਰ ਪਹੁੰਚੇ ਨੇ ਤੇ ਆਪਾਂ ਅੱਜ ਗੱਲ ਕਰਾਂਗੇ ਕਿ ਮੁੱਖ ਮੰਤਰੀ ਕੌਣ ਹੋਏਗਾ ਜੀ ਬਿਲਕੁਲ ਕਮਲ ਜੇਕਰ ਆਪਾਂ ਗੱਲ ਕਰੀਏ ਕਿ ਮੁੱਖ ਮੰਤਰੀ ਦੀ ਰੇਸ ਦੇ ਵਿੱਚ ਕੌਣ ਅੱਗੇ ਹੈ ਜਾਂ ਕੌਣ ਪਿੱਛੇ ਹੈ ਬਹੁਤ ਜਲਦਬਾਜ਼ੀ ਹੋਏਗੀ ਕਿਉਂਕਿ ਮੀਡੀਆ ਰਿਪੋਰਟਸ ਜਿਸ ਤਰ੍ਹਾਂ ਆਈਆਂ ਨੇ ਉਸ 'ਚ ਪਹਿਲਾਂ ਸੁਖਜਿੰਦਰ ਸਿੰਘ ਰੰਧਾਵਾ ਦਾ ਨਾਮ ਆਇਆ ਫਿਰ ਅੰਬਿਕਾ ਸੋਨੀ ਦਾ ਆਇਆ ਅੰਬਿਕਾ ਸੋਨੀ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਆਪਣੇ ਇੰਟਰਵਿਊ ਦੇ ਵਿੱਚ ਕਿ ਮੈਂ ਮੁੱਖ ਮੰਤਰੀ ਦੀ ਰੇਸ ਦੇ ਵਿੱਚ ਨਹੀਂ ਹੈ ਮੈਨੂੰ ਜ਼ਰੂਰ ਪੁੱਛਿਆ ਗਿਆ ਸੀ ਕਿ ਮੈਂ ਮੁੱਖ ਮੰਤਰੀ ਤੁਸੀਂ ਬਣੋ ਪਰ ਮੈਂ ਸਾਫ਼ ਕਹਿ ਦਿੱਤਾ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਇੱਕ ਸਿੱਖ ਚਿਹਰਾ ਹੀ ਹੋਣਾ ਚਾਹੀਦਾ ਇਸ ਲਈ ਜਿਹੜਾ ਅਸੀਂ ਮੈਂ ਉਸਨੂੰ ਜਿਹੜਾ ਰਿਜੈਕਟ ਕਰ ਦਿੱਤਾ ਮੁੱਖ ਮੰਤਰੀ ਬਣਨ ਤੋਂ ਇਹੀ ਕਾਰਨ ਹੈ ਕਿ ਮੈਂ ਮੁੱਖ ਮੰਤਰੀ ਦੀ ਰੇਸ ਦੇ ਵਿੱਚ ਨਹੀਂ ਹਾਂ ਪਰ ਉਸ ਤੋਂ ਬਾਅਦ ਗੱਲ ਆਉਂਦੀ ਹੈ ਕਿ ਮੁੱਖ ਮੰਤਰੀ ਕੌਣ ਹੋਏਗਾ ਕਿਉਂਕਿ CLP ਦੀ ਮੀਟਿੰਗ ਸੀ 11 ਵਜੇ ਪਹਿਲਾਂ ਉਹ ਰੱਖੀ ਗਈ ਸੀ ਫਿਰ ਕਿਹਾ ਗਿਆ ਕਿ ਉਹ ਅਧਿਕਾਰ ਜਿਹੜੇ ਨੇ ਹਾਈਕਮਾਨ ਨੂੰ ਦੇ ਦਿੱਤੇ ਗਏ ਨੇ ਹਾਈਕਮਾਨ ਨੇ ਹੀ ਅਨਾਊਂਸ ਕਰਨਾ ਇਹੀ ਕਾਰਨ ਹੈ ਕਿ ਆਪਾਂ ਵੇਖ ਰਹੇ ਹਾਂ ਕਿ ਜਿੱਥੇ ਚੰਡੀਗੜ੍ਹ ਦੇ ਵਿੱਚ ਵਿਧਾਇਕਾਂ ਦਾ ਜਮਾਵੜਾ ਉੱਥੇ ਹੀ ਵੱਡੇ ਲੀਡਰ ਜਿਹੜੇ ਨੇ ਉਹ ਦਿੱਲੀ ਦੇ ਵਿੱਚ ਵੀ ਜਿਹੜੇ ਨੇ ਆਪਣਾ ਗਾਂਧੀ ਨਿਵਾਸ ਦੇ ਉੱਤੇ ਲਗਾਤਾਰ ਡੇਰੇ ਬਣਾਏ ਹੋਏ ਨੇ ਉੱਥੋਂ ਵੀ ਮੀਡੀਆ 'ਚ ਰਿਪੋਰਟ ਆ ਰਹੀਆਂ ਨੇ ਇੱਥੋਂ ਵੀ ਮੀਡੀਆ ਰਿਪੋਰਟ ਆ ਰਹੀਆਂ ਨੇ ਫਿਰ ਨਾਮ ਆਇਆ ਸੁਖਜਿੰਦਰ ਸਿੰਘ ਰੰਧਾਵਾ ਦਾ ਸੁਖਜਿੰਦਰ ਸਿੰਘ ਰੰਧਾਵਾ ਨਾਲ ਵੀ ਗੱਲਬਾਤ ਹੋਈ ਉਹਨਾਂ ਨੇ ਕਿਹਾ ਕਿ 2-3 ਘੰਟੇ ਦੇ ਵਿੱਚ ਪੂਰਾ ਸਾਫ਼ ਹੀ ਹੋ ਜਾਏਗਾ ਕਿ ਮੁੱਖ ਮੰਤਰੀ ਕੌਣ ਹੋਵੇਗਾ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਤੁਸੀਂ ਮੁੱਖ ਮੰਤਰੀ ਬਣਨਾ ਚਾਹੁੰਦੇ ਹੋ ਕਿਉਂਕਿ ਹਰ ਕੋਈ ਮੁੱਖ ਮੰਤਰੀ ਬਣਨਾ ਚਾਹੁੰਦਾ ਹਰ ਇੱਕ ਦੀ ਆਸ਼ਾ ਹੁੰਦੀ ਹੈ ਤਾਂ ਰੰਧਾਵਾ ਦਾ ਬਿਆਨ ਸੀ ਕਿ ਮੁੱਖ ਮੰਤਰੀ ਦੇ ਲਈ ਮੈਂ ਆਪਣੇ ਆਪ ਨੂੰ ਮੈਂ ਕੁਛ ਕਹਿਣਾ ਨਹੀਂ ਚਾਹੁੰਦਾ ਆਪਣੇ ਮੂੰਹ ਕੁਛ ਨਹੀਂ ਕਹਿਣਾ ਚਾਹੁੰਦਾ ਹਾਂ ਮੈਨੂੰ ਜਿੰਨਾ ਵੀ ਕੰਮ ਦਿੱਤਾ ਗਿਆ 4 ਸਾਲ 5 ਸਾਲ ਮੈਨੂੰ ਜੋ ਵੀ ਮੈਂ ਕੰਮ ਕੀਤਾ ਐਜ਼ ਕੈਬਨਿਟ ਮਿਨਿਸਟਰ ਮੈਨੇ ਉਹ ਕੰਮ ਕੀਤਾ ਨਿਭਾਇਆ ਵੀ ਹੈ ਅਤੇ ਮੇਰੀ ਪਰਫੋਰਮੈਂਸ ਜਿਹੜੀ ਆ ਉਹ ਬਹੁਤ ਵਧੀਆ ਅੱਜ ਦੀ ਬਿਆਨ ਦੇ ਵਿੱਚ ਇੱਕ ਗੱਲ ਬੜੀ ਕਲੀਅਰ ਸੀ ਕਿ ਉਹਨਾਂ ਦੀ ਨਾਰਾਜ਼ਗੀ ਜਿਹੜੀ ਹੈ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਕਦੋਂ ਸ਼ੁਰੂ ਹੋਈ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਮੇਰੇ ਬੜੇ ਪਰਿਵਾਰਕ ਸੰਬੰਧ ਸਨ ਅਸੀਂ ਬਹੁਤ ਵਧੀਆ ਉਹ ਲੋਕ ਨੇ ਬਲਕਿ ਕੈਪਟਨ ਅਮਰਿੰਦਰ ਨੇ ਉਹਨਾਂ ਨੇ ਹਮੇਸ਼ਾ ਮੇਰਾ ਸਾਥ ਦਿੱਤਾ ਮੈਨੇ ਹਮੇਸ਼ਾ ਤੋਂ ਹੀ ਕੈਪਟਨ ਅਮਰਿੰਦਰ ਸਿੰਘ ਨੂੰ ਫੋਲੋ ਕੀਤਾ ਜਾਂ ਕਹਿ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਦੇ ਕਹਿਣ 'ਤੇ ਹੀ ਮੈਨੇ ਆਪਣੀ ਰਾਜਨੀਤੀ ਕੀਤੀ ਹੈ ਲੇਕਿਨ ਉਹਨਾਂ ਨੇ ਪਿਛਲੇ ਦਿਨੀ ਮੇਰਾ ਦਿਲ ਜਿਹੜਾ ਉਹ ਦੁਖਾ ਦਿੱਤਾ ਪਹਿਲੀ ਵਾਰ ਹੈ ਕਿ ਜਦੋਂ ਸੁਖਜਿੰਦਰ ਸਿੰਘ ਰੰਧਾਵਾ ਨੇ ਕੈਪਟਨ ਅਮਰਿੰਦਰ ਸਿੰਘ ਉੱਤੇ ਸਿੱਧਾ ਜਿਹੜਾ ਹੈਗਾ ਉਹ ਹਮਲਾ ਕੀਤਾ ਉਹਨਾਂ ਨੇ ਕਿਹਾ ਕਿ ਮੇਰਾ ਦਿਲ ਜਿਹੜਾ ਉਹ ਕੈਪਟਨ ਅਮਰਿੰਦਰ ਸਿੰਘ ਨੇ ਕਿਤਨਾ ਕਿਤੇ ਦੁਖਾਇਆ ਇਹੀ ਕਾਰਨ ਹੈ ਕਿ ਅੱਜ ਉਹਨਾਂ ਨੂੰ ਬਦਲਣ ਦੀ ਜਿਹੜੀ ਆ ਉਹ ਲੋੜ ਪਈ ਸੀ ਮਤਲਬ ਕਿ ਇਕੱਲਾ ਮੈਂ ਨਹੀਂ ਹੈਗਾ ਬਹੁਤ ਸਾਰੇ ਵਿਧਾਇਕ ਪੰਜਾਬ ਦੇ ਹੋਰ ਵੀ ਸਨ ਜਿਨ੍ਹਾਂ ਨੇ ਉਹਨਾਂ ਨੂੰ ਬਦਲਣ ਨੂੰ ਲੈ ਕੇ ਆ ਹਾਈਕਮਾਨ ਤੱਕ ਆਪਣੀ ਗੱਲ ਰੱਖੀ ਸੀ ਅਤੇ ਇਹੀ ਕਾਰਨ ਹੈ ਕਿ ਅੱਜ ਪੰਜਾਬ ਦਾ ਇੱਕ ਨਵਾਂ ਮੁੱਖ ਮੰਤਰੀ ਜਿਹੜਾ ਉਹ ਹੋ ਸਕਦਾ ਅਗਲਾ ਨਾਮ 'ਤੇ ਆਪਾਂ ਚਰਚਾ ਕਰੀਏ ਹਿੰਦੂ ਚਿਹਰਾ ਸੁਨੀਲ ਜਾਖੜ ਦੀ ਗੱਲ ਕਰਦੇ ਹਾਂ ਸਵੇਰ ਤੋਂ ਹੀ ਸੁਨੀਲ ਜਾਖੜ ਦੇ ਘਰ ਦੇ ਵਿੱਚ ਵੀ ਵਿਧਾਇਕਾਂ ਦੇ ਡੇਰੇ ਜਿਹੜੇ ਨੇ ਉਹ ਦੇਖੇ ਜਾ ਰਹੇ ਨੇ ਲਗਾਤਾਰ ਜੋ ਰਿਪੋਰਟਸ ਆ ਰਹੀਆਂ ਨੇ ਉੱਥੋਂ ਦੀ ਇਸ ਤਰ੍ਹਾਂ ਦੀਆਂ ਹੀ ਸਾਹਮਣੇ ਆ ਰਹੀਆਂ ਨੇ ਪਰ ਗੱਲ ਉੱਥੇ ਆ ਜਾਂਦੀ ਹੈ ਕਿ ਹਿੰਦੂ ਚਿਹਰਾ ਜਿਹੜਾ ਹੈ 4 ਮਹੀਨਿਆਂ ਦੇ ਲਈ ਕੀ ਉਹਨਾਂ ਨੂੰ ਬਣਾਇਆ ਜਾ ਸਕਦਾ ਇਸ 'ਤੇ ਵੀ ਜੇਕਰ ਮੈਂ ਗੱਲ ਕਰਾਂ ਭਾਵੇਂ ਕਿ ਉਹਨਾਂ ਦੇ ਵਿਰੋਧ ਪਾਰਟੀ ਦੇ ਵਿੱਚ ਕੁਝ ਖਾਸ ਜ਼ਿਆਦਾ ਵੇਖਣ ਨੂੰ ਨਹੀਂ ਮਿਲ ਰਿਹਾ ਪਰ ਇੱਕ ਗੱਲ ਸਾਫ਼ ਹੈ ਕਿ ਜੇਕਰ ਸੁਨੀਲ ਜਾਖੜ ਨੂੰ ਬਣਾਉਂਦੇ ਨੇ ਤਾਂ ਬਹੁਤ ਸਾਰੇ ਵਿਧਾਇਕ ਉਹ ਨਾਰਾਜ਼ ਵੀ ਹੋ ਸਕਦੇ ਨੇ ਕਿਉਂਕਿ ਸੁਨੀਲ ਜਾਖੜ ਨਾ ਤਾਂ MLA ਜਿਹੜੀ ਹੈਗੀ ਹੈ ਸੀਟ ਜਿੱਤ ਸਕੇ ਸੀ ਅਤੇ ਨਾ ਹੀ ਉਹ MP ਸੀਟ ਜਿਹੜੀ ਸੀ ਉਹ ਆਪਣੀ ਬਚਾ ਸਕੇ ਸੀ ਜਾਂ ਜਿੱਤ ਸਕੇ ਸੀ ਗੁਰਦਾਸਪੁਰ ਤੋਂ ਦੋਨੋਂ ਇਲੈਕਸ਼ਨ ਉਹ ਹਾਰੇ ਸੀ ਭਾਵੇਂ ਕਿ ਫਿਰ ਵੀ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦਾ ਬਹੁਤ ਵੱਡਾ ਥਾਪੜਾ ਸੀ ਉਹਨਾਂ ਦੇ ਪਿੱਛੇ ਅਤੇ ਇਹੀ ਕਾਰਨ ਹੈ ਕਿ ਉਹ ਇੰਨੇ ਸਾਲ ਜਿਹੜੇ ਨੇ ਪੰਜਾਬ ਦੇ ਕਾਂਗਰਸ ਦੇ ਜਿਹੜੇ ਨੇ ਪ੍ਰਧਾਨ ਬਣੇ ਰਹੇ ਨੇ ਭਾਵੇਂ ਕਿ ਜਦੋਂ ਸਿੱਧੂ ਆਏ ਨੇ ਤਾਂ ਸਿੱਧੂ ਦਾ ਸਾਥ ਜਿਹੜਾ ਉਹ ਸੁਨੀਲ ਜਾਖੜ ਨੇ ਵੀ ਪੂਰਾ ਦਿੱਤਾ ਅਤੇ ਖੁਦ ਜਾਖੜ ਸਿੱਧੂ ਵੀ ਜਿਹੜੇ ਸਨ ਉਹ ਜਾਖੜ ਨੂੰ ਸਾਨੂੰ ਪਹਿਲਾਂ ਮਿਲਣ ਦੇ ਲਈ ਵੀ ਗਏ ਸਨ ਪਰ ਗੱਲ ਉੱਥੇ ਆ ਜਾਂਦੀ ਹੈ ਕਿ ਸੁਨੀਲ ਜਾਖੜ ਜਿਹੜੇ ਨੇ ਉਹ ਬਣ ਸਕਦੇ ਨੇ ਉਹ ਰੇਸ ਦੇ ਵਿੱਚ ਹੈ ਨੇ ਇਸ 'ਤੇ ਵੀ ਜਿਹੜੇ ਉਹ ਸਵਾਲ ਬਣੇ ਹੋਏ ਨੇ ਪਰ ਉਹਨਾਂ ਦਾ ਨਾਮ ਆਉਣ ਤੋਂ ਬਾਅਦ ਉਹਨਾਂ ਨੇ ਖੁਦ ਜਿਹੜਾ ਸੀ ਪਰ ਰਾਹੁਲ ਗਾਂਧੀ ਦਾ ਜਿਹੜਾ ਹੈਗਾ ਉਹਨਾਂ ਦਾ ਸ਼ੁਕਰੀਆ ਕੀਤਾ ਉਹਨਾਂ ਨੂੰ ਕਿਹਾ ਕਿ ਮੈਂ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਨੇ ਮੇਰੇ ਬਾਰੇ ਸੋਚਿਆ ਹੁਣ ਆਖਰੀ ਨਾਮ 'ਤੇ ਗੱਲ ਕਰਾਂਗੇ ਆਖਰੀ ਨਾਮ ਨਵਜੋਤ ਸਿੰਘ ਸਿੱਧੂ ਦੀ ਹੈ ਨਵਜੋਤ ਸਿੰਘ ਸਿੱਧੂ ਤੋਂ ਬਾਅਦ ਹੀ ਕਾਂਗਰਸ ਦੇ ਵਿੱਚ ਜੇਕਰ ਆਪਾਂ ਕਹੀਏ ਕਿ ਕਲੇਸ਼ ਜਿਹੜਾ ਉਹ ਇਸ ਹੱਦ ਤੱਕ ਪਹੁੰਚ ਗਿਆ ਕਿ ਅੱਜ
ਉੱਥੇ ਨਾਮ ਜਿਹੜੇ ਹੈ ਅੱਜ ਪੰਜਾਬ ਦਾ ਮੁੱਖ ਮੰਤਰੀ ਨਵਾਂ ਬਦਲਣਾ ਪੈ ਗਿਆ। 2017 ਦੇ ਵਿੱਚ ਜਿਸ ਮੁੱਖ ਮੰਤਰੀ ਨੇ 77 ਸੀਟਾਂ ਕਾਂਗਰਸ ਨੂੰ ਪੰਚਾਇਤ ਦਵਾਈਆਂ ਹੋਣ, ਉਸ ਮੁੱਖ ਮੰਤਰੀ ਨੂੰ ਅੱਜ ਬਦਲਣਾ ਪੈ ਗਿਆ, ਉਸ ਮੁੱਖ ਮੰਤਰੀ ਨੂੰ ਚੇਂਜ ਕਰਨਾ ਪੈ ਗਿਆ। ਇਹ ਹੋਇਆ ਤਾਂ ਹੈ ਜਦੋਂ ਖੁਦ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਦੇ ਖਿਲਾਫ਼ ਝੰਡਾ ਚੁੱਕਿਆ। 2.5 ਸਾਲ ਦਾ ਕਾਰਜਕਾਲ ਜਿਹੜਾ ਹੈਗਾ ਉਹਨਾਂ ਦਾ ਰਿਹਾ ਸੀ ਐਜ਼ ਕੈਬਨਿਟ ਮਿਨਿਸਟਰ। ਉਸ ਤੋਂ ਬਾਅਦ ਉਹਨਾਂ ਨੇ ਜਦੋਂ ਉਹਨਾਂ ਦਾ ਵਿਭਾਗ ਬਦਲਿਆ ਗਿਆ ਤਾਂ ਉਹਨਾਂ ਨੇ ਕੰਮ ਕਰਨਾ ਹੀ ਬੰਦ ਕਰ ਦਿੱਤਾ, ਅਤੇ ਉਸ ਤੋਂ ਬਾਅਦ ਲਗਾਤਾਰ ਟਵੀਟ ਦੇ ਮਾਧਿਅਮ ਦੇ ਰਾਹੀਂ ਆਪਣੀ ਹੀ ਸਰਕਾਰ, ਆਪਣੇ ਹੀ ਮੁੱਖ ਮੰਤਰੀ ਦੇ ਉੱਤੇ ਉਹ ਲਗਾਤਾਰ ਬੋਲਦੇ ਰਹੇ, ਨਵੇਂ ਪੰਜਾਬ ਦੀ ਗੱਲ ਕਰਦੇ ਰਹੇ। ਇੱਕ ਵੇਵ ਜਿਹੜੀ ਸੀ ਉਹਨਾਂ ਨੇ ਆਪਣੇ ਪੱਖ ਦੇ ਵਿੱਚ ਕਰਨੀ ਸ਼ੁਰੂ ਕਰ ਦਿੱਤੀ ਸੀ। ਉਹ ਮੌਕੇ ਦੀ ਤਾਕ ਦੇ ਵਿੱਚ ਸਨ, 2 ਸਾਲ ਉਹ ਕੁਛ ਨਹੀਂ ਬੋਲੇ, ਬਿਲਕੁਲ ਘਰ ਦੇ ਵਿੱਚ ਬੈਠੇ ਰਹੇ, ਸਿਰਫ ਅਤੇ ਸਿਰਫ ਆਪਣੇ ਟਵੀਟਾਂ ਦੇ ਮਾਧਿਅਮ ਦੇ ਰਾਹੀਂ ਉਹ ਲਗਾਤਾਰ ਗੱਲਬਾਤ ਕਰਦੇ ਰਹੇ। ਪਰ ਗੱਲ ਉੱਥੇ ਆ ਜਾਂਦੀ ਸੀ ਜਦੋਂ ਉਹਨਾਂ ਨੂੰ ਪ੍ਰਧਾਨ ਬਣਾਇਆ ਜਾਂਦਾ। ਪ੍ਰਧਾਨ ਬਣਨ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਤਾਜਪੋਸ਼ੀ ਹੁੰਦੀ ਹੈ, ਤਾਜਪੋਸ਼ੀ ਦੇ ਦਿਨ ਜੇ ਆਪਾਂ ਦੇਖਿਆ ਸੀ ਕਿ ਕੈਪਟਨ ਅਮਰਿੰਦਰ ਸਿੰਘ ਦਾ ਨਾਮ ਨਾ ਲੈਣਾ ਆਪਣੀ ਭਾਸ਼ਣ ਦੇ ਵਿੱਚ, ਕੈਪਟਨ ਅਮਰਿੰਦਰ ਸਿੰਘ ਨੂੰ ਪੈਰੀ ਹੱਥ ਨਾ ਲੈਣਾ, ਉਹਦੇ ਬਦਲੇ ਉਹਨਾਂ ਤੋਂ ਜਿਹੜੇ ਸੈਕਿੰਡ ਨੰਬਰ ਦੇ ਜਿਹੜੇ ਲੀਡਰ ਸਨ ਉਹਨਾਂ ਦੇ ਪੈਰੀ ਹੱਥ ਲਗਾਉਣਾ, ਇੱਕ ਸਾਫ਼ ਹੋ ਚੁੱਕਿਆ ਸੀ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਕਾਂਗਰਸ 'ਚ ਚੇਂਜ ਲੈ ਕੇ ਆਉਣਗੇ। ਇਹੀ ਕਾਰਨ ਸੀ ਕਿ ਲਗਾਤਾਰ ਕੈਪਟਨ ਅਮਰਿੰਦਰ ਸਿੰਘ ਵੀ ਜਿਹੜੇ ਨੇ ਸਨ ਉਹ ਨਵਜੋਤ ਸਿੰਘ ਸਿੱਧੂ ਦੇ ਖਿਲਾਫ਼ ਜਿਹੜਾ ਉਹ ਬੋਲਣ ਦੇ ਵਿੱਚ ਕੋਈ ਸੰਕੋਚ ਨਹੀਂ ਕਰਦੇ ਸਨ। ਉੱਥੇ ਤਾਂ ਕਹਿ ਦਿੰਦੇ ਸਨ ਕਿ ਭਾਵੇਂ ਸਿੱਧੂ ਪ੍ਰਧਾਨ ਬਣ ਗਏ ਨੇ, ਉਹ ਆਪਣਾ ਕੰਮ ਕਰ ਰਹੇ ਨੇ, ਐਸ CM ਜਿਹੜਾ ਮੈਂ ਆਪਣਾ ਕੰਮ ਕਰ ਰਿਹਾ। ਜਿਵੇਂ ਕਿ ਕੱਲ੍ਹ ਵੀ ਆਪਾਂ ਕੈਪਟਨ ਅਮਰਿੰਦਰ ਸਿੰਘ ਦਾ ਜਦੋਂ ਬਿਆਨ ਸੁਣਿਆ ਤਾਂ ਉਹਨਾਂ ਨੇ ਕਿਹਾ ਕਿ ਮੈਂ 3 ਹਫ਼ਤੇ ਪਹਿਲਾਂ ਹੀ ਜਿਹੜਾ ਜਿਹੜੇ ਸਾਡੇ ਪ੍ਰਧਾਨ ਨੇ ਸੋਨੀਆ ਗਾਂਧੀ ਨੂੰ ਕਹਿ ਦਿੱਤਾ ਸੀ ਕਿ ਨਵਜੋਤ ਸਿੰਘ ਸਿੱਧੂ ਇਸ ਸਾਈਡ ਚੱਲਦੇ ਨੇ ਅਤੇ ਮੈਂ ਇਸ ਸਾਈਡ ਚੱਲਦਾ, ਅਤੇ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਹੈਗਾ, ਤੁਸੀਂ ਦੱਸੋ, ਮੈਂ ਅਸਤੀਫਾ ਦੇ ਦੇਣਾ। ਉਸ ਸਮੇਂ ਸੋਨੀਆ ਗਾਂਧੀ ਨੇ ਉਹਨਾਂ ਨੂੰ ਕਿਹਾ ਸੀ ਤੁਸੀਂ ਕੰਟੀਨਿਊ ਕਰੋਗੇ, ਤੁਸੀਂ ਅਸਤੀਫਾ ਨਹੀਂ ਦਿਓਗੇ। ਪਰ ਮੈਨੂੰ ਨਹੀਂ ਸਮਝ ਆਇਆ ਕਿ ਇੱਕ ਦਿਨ ਦੇ ਵਿੱਚ ਕਿਉਂ ਕੀ ਹੋ ਗਿਆ, ਕਿਉਂਕਿ ਮੈਂ CLP ਦਾ ਲੀਡਰ ਹਾਂ ਅਤੇ ਲੀਡਰ ਨੂੰ ਹੀ ਨਹੀਂ ਪਤਾ ਸੀ ਕਿ ਅੱਜ ਜਿਹੜੀ ਹੈ ਮੀਟਿੰਗ ਹੋਣ ਜਾ ਰਹੀ ਹੈ। ਇਸ ਕਰਕੇ ਮੈਨੇ ਆਪਣੀ ਬੇਇੱਜ਼ਤੀ ਮਹਿਸੂਸ ਕੀਤੀ ਅਤੇ ਮੈਨੇ ਆਪਣਾ ਅਸਤੀਫਾ ਜਿਹੜਾ ਉਹ ਦੇ ਦਿੱਤਾ। ਪਰ ਹੁਣ ਦੇਖਣ ਵਾਲਾ ਕਿ ਕਿਆ ਨਵਜੋਤ ਸਿੰਘ ਸਿੱਧੂ, ਜਿਨ੍ਹਾਂ ਨੇ ਇੰਨਾ ਕੁਛ ਕੀਤਾ, ਜਾਂ ਇਹ ਕਹਿ ਦਈਏ ਕਿ ਨਵਜੋਤ ਸਿੰਘ ਸਿੱਧੂ ਦੇ ਕਰਕੇ ਅੱਜ ਕੈਪਟਨ ਅਮਰਿੰਦਰ ਸਿੰਘ ਘਰ ਬੈਠ ਗਏ ਨੇ, ਮੁੱਖ ਮੰਤਰੀ ਦੀ ਕੁਰਸੀ ਜਿਹੜੀ ਹੈ ਉਹ ਉਹਨਾਂ ਦੇ ਹੱਥੋਂ ਜਾ ਚੁੱਕੀ ਹੈ, ਤਾਂ ਉਸ ਨੂੰ ਲੈ ਕੇ ਅੱਜ ਜਿਹੜੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਉਹਨਾਂ ਨੂੰ ਇਹ ਤਾਜ ਮਿਲੇਗਾ, ਕਿਉਂਕਿ ਸਿਰਫ 4 ਮਹੀਨੇ ਰਹਿ ਗਏ ਆ। 4 ਮਹੀਨੇ ਦੇ ਵਿੱਚ ਕੀ ਕਿਹੜਾ ਮੁੱਖ ਮੰਤਰੀ ਜਿਹੜਾ ਹੈਗਾ ਉਹ ਪੰਜਾਬ ਨੂੰ 2022 ਦੇ ਵਿੱਚ ਵਾਪਸ ਲੈ ਕੇ ਆ ਸਕਦਾ, ਇਹ ਇੱਕ ਸਵਾਲ ਜਿਹੜਾ ਉਹ ਜ਼ਰੂਰ ਬਣਿਆ ਹੋਇਆ। ਕਿਉਂਕਿ ਕੈਪਟਨ ਅਮਰਿੰਦਰ ਸਿੰਘ ਘੱਟੋ ਘੱਟ ਕੈਪਟਨ ਅਮਰਿੰਦਰ ਸਿੰਘ ਦਾ ਨਾਮ ਜਿਹੜਾ ਸੀ ਉਹ ਇੰਨਾ ਸੀ ਕਿ ਲਗਭਗ ਹਰ ਹਲਕੇ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਚਾਹਣ ਵਾਲੇ ਵੀ ਬਹੁਤ ਸਨ। ਭਾਵੇਂ ਕਿ ਅੱਜ ਪੰਜਾਬ ਦੀ ਸੜਕਾਂ 'ਤੇ ਆਪਾਂ ਟੀਚਰਾਂ ਨੂੰ ਦੇਖਦੇ ਹਾਂ, ਕੱਚੇ ਮੁਲਾਜ਼ਮਾਂ ਨੂੰ ਦੇਖਦੇ ਹਾਂ, ਪੈਨਸ਼ਨਸ ਨੂੰ ਦੇਖਦੇ ਹਾਂ, ਹਰ ਕੋਈ ਜਿਹੜਾ ਧਰਨਾ ਪ੍ਰਦਰਸ਼ਨ ਲਗਾਉਣ ਨੂੰ ਲਗਾਏ ਹੋਏ ਬੈਠਾ ਹੋਇਆ। ਪਰ ਕਿਆ ਕੈਪਟਨ ਅਮਰਿੰਦਰ ਸਿੰਘ ਦਾ ਬਦਲ ਇਹਨਾਂ 4 ਲੀਡਰਾਂ ਦੇ ਵਿੱਚੋਂ ਕੋਈ ਇੱਕ ਹੋਵੇਗਾ, ਇਹ ਇੱਕ ਬਹੁਤ ਵੱਡਾ ਸਵਾਲ ਹੈ ਜੀ। ਕਮਲ ਜੀ, ਨਵਜੋਤ ਸਿੰਘ ਸਿੱਧੂ ਨੇ ਜਿਵੇਂ ਕੱਲ੍ਹ ਤੁਸੀਂ ਕਹਿ ਰਹੇ ਹੋ, ਗੱਲ ਕਰ ਰਹੇ ਹੋ, ਕੈਪਟਨ ਦੇ ਅਸਤੀਫੇ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੇ ਬਾਰੇ ਵੀ ਕੈਪਟਨ ਬਹੁਤ ਬੋਲੇ ਨੇਗੇ, ਉਹਨਾਂ ਨੇ ਬਿਆਨ ਵੀ ਸਾਹਮਣੇ ਆਇਆ, ਉਹਨਾਂ ਨੇ ਕਿਹਾ ਕਿ ਸਿੱਧੂ ਦਾ ਸੰਬੰਧ ਇਮਰਾਨ ਖਾਨ ਨਾਲ ਹੈ, ਉਹ ਜੇ ਕਾਂਗਰਸ ਦੇ ਵਿੱਚ ਆ ਗਈ ਤਾਂ ਕਾਂਗਰਸ ਪਾਰਟੀ ਤਬਾਹ ਹੋ ਜਾਏਗੀ, ਕੈਪਟਨ ਦੇ ਬਿਆਨ। ਬਿਲਕੁਲ ਕਮਲ, ਮੈਂ ਇਸ 'ਤੇ ਵੀ ਜਿਹੜੀ ਹੈ ਆਪਣੇ ਦਰਸ਼ਕਾਂ ਨੂੰ ਜਿਹੜੀ ਹੈ ਇੱਕ ਅਪਡੇਟ ਹੋਰ ਦੇ ਦੇਣਾ ਹੈਗਾ। ਜਦੋਂ ਕੱਲ੍ਹ ਕੈਪਟਨ ਅਮਰਿੰਦਰ ਸਿੰਘ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਸਿੱਧੂ ਦੇ ਸੰਬੰਧ ਜਿਹੜੇ ਨੇ ਪਾਕਿਸਤਾਨ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਇਮਰਾਨ ਖਾਨ ਦੇ ਨਾਲ ਹੀ ਬਾਜਵਾ ਨਾਲ ਉਹ ਜੱਫੀ ਪਾਉਂਦੇ ਨੇ, ਜਿਸ ਕਰਕੇ ਪੰਜਾਬ ਦੇ ਵਿੱਚ ਪਹਿਲਾਂ ਤੋਂ ਜਿਹੜੇ ਡਰੋਨਸ ਆ ਰਹੇ ਨੇ, ਹਥਿਆਰ ਆ ਰਹੇ ਨੇ, ਕਿਤੇ ਨਾ ਕਿਤੇ ਪੰਜਾਬ ਨੂੰ ਵਿਨਾਸ਼ ਵੱਲ ਲੈ ਕੇ ਜਾ ਸਕਦੇ ਨੇ। ਇਸ ਉੱਤੇ ਉਹਨਾਂ ਦੇ ਹੀ ਇੱਕ ਸਾਥੀ ਦਾ ਅੱਜ ਇੱਕ ਬਿਆਨ ਆਇਆ, ਮੈਂ ਉਹਨਾਂ ਨਾਮ ਦੱਸਦਾ, ਮੁਹੰਮਦ ਮੁਸਤਫਾ ਜਿਹੜੇ ਕਿ ਇਸ ਸਮੇਂ ਰਾਜਨੀਤਿਕ ਸਲਾਹਕਾਰ ਨੇ ਨਵਜੋਤ ਸਿੰਘ ਸਿੱਧੂ ਦੇ। ਉਹਨਾਂ ਨੇ ਕਿਹਾ ਕਿ ਮੇਰਾ ਮੂੰਹ ਜ਼ਿਆਦਾ ਨਾ ਖਿਲਵਾਓ ਕੈਪਟਨ ਸਾਹਿਬ, ਮੇਰੇ ਤੁਹਾਡੇ ਨਾਲ ਬਹੁਤ ਵਧੀਆ ਸੰਬੰਧ ਰਹੇ ਨੇ, ਪਰਿਵਾਰਕ ਸੰਬੰਧ ਰਹੇ ਨੇ, ਪਰ ਤੁਹਾਨੂੰ ਵੀ ਪਤਾ ਹੋਣਾ ਚਾਹੀਦਾ ਕਿ 14 ਸਾਲ ਤੱਕ IAS ਦੇ ਏਜੰਟ ਨੂੰ ਕਿਸਨੇ ਆਪਣੇ ਘਰ ਦੇ ਵਿੱਚ ਰੱਖਿਆ। ਮਤਲਬ ਕਿ ਉਹਨਾਂ ਦਾ ਸਾਫ਼ ਤੌਰ 'ਤੇ ਜਿਹੜਾ ਸੀ ਪਾਕਿਸਤਾਨੀ ਦੋਸਤ ਜਿਹੜੇ ਨੇ ਉਹਨਾਂ ਦੇ, ਕੈਪਟਨ ਅਮਰਿੰਦਰ ਸਿੰਘ ਦੇ ਇਸ਼ਾਰਾ ਉਹਨਾਂ ਵੱਲ ਸੀ। ਲਗਾਤਾਰ ਆਪਾਂ ਵੇਖਦੇ ਹਾਂ ਕਿ ਵਿਰੋਧੀ ਦਲ ਜਿਹੜਾ ਉਹ ਪਾਕਿਸਤਾਨੀ ਦੋਸਤ ਨੂੰ ਲੈ ਕੇ ਹਮੇਸ਼ਾ ਤੋਂ ਹੀ ਕੈਪਟਨ ਅਮਰਿੰਦਰ ਸਿੰਘ ਉੱਤੇ ਤੰਜ ਕੱਸਦੇ ਆ ਰਹੇ ਸਨ, ਪਰ ਅੱਜ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਪਰਿਵਾਰਕ ਮੈਂਬਰ, ਜਾਂ ਇਹ ਕਹਿ ਦਈਏ ਕਿ ਮੁਹੰਮਦ ਮੁਸਤਫਾ ਨੇ ਖੁੱਲ੍ਹ ਕੇ ਜਿਹੜਾ ਹੈਗਾ ਮੀਡੀਆ ਸਾਹਮਣੇ ਗੱਲ ਕੀਤੀ ਹੈ ਕਿ ਮੇਰਾ ਮੂੰਹ ਨਾ ਖਿਲਾਓ, ਕੌਣ ਜਿਹੜਾ ਜ਼ਿਆਦਾ ਵਿਨਾਸ਼ਕਾਰੀ ਪੰਜਾਬ ਦੇ ਲਈ ਹੈ, ਇਹ ਬਿਲਕੁਲ ਮਤਲਬ ਮੈਂ ਤਾਂ ਇਹ ਕਹੂੰਗਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਮੂੰਹ ਤੋੜਨਾ ਜਵਾਬ ਜਿਹੜਾ ਸੀ ਉਹ ਮੁਹੰਮਦ ਮੁਸਤਫਾ ਨੇ ਦਿੱਤਾ, ਅਤੇ ਹੁਣ ਦੇਖਣਾ ਹੋਵੇਗਾ ਕਿ ਹੋਰ ਅਜਿਹੇ ਕਿਹੜੇ ਵਿਅਕਤੀ
ਕੈਪਟਨ ਅਮਰਿੰਦਰ ਸਿੰਘ ਨੂੰ ਜਿਹੜਾ ਹੈਗਾ ਉਹ ਜਵਾਬ ਦੇਣਗੇ, ਕਿਉਂਕਿ ਜਦੋਂ ਤੱਕ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸਨ ਉਹਨਾਂ ਨੂੰ ਕਹਿਣ ਵੇਲੇ ਹਰ ਕੋਈ ਸੋਚਦਾ ਸੀ। ਅੱਜ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਤੋਂ ਆਊਟ ਹੋ ਚੁੱਕੇ ਨੇ, ਉਹਨਾਂ ਕੋਲ ਆਪਸ਼ਨਸ ਬਹੁਤ ਨੇ ਅਜੇ ਵੀ, ਉਹ ਕਿਹੜੀਆਂ ਆਪਸ਼ਨਸ ਹੋਣਗੀਆਂ ਉਹ ਸੀਐਮ ਬਣਨ ਤੋਂ ਬਾਅਦ ਜਿਹੜਾ ਹੈਗਾ ਉਹ ਇਸ 'ਤੇ ਵਿਚਾਰ ਚਰਚਾ ਕਰਨਗੇ। ਪਰ ਅੱਜ ਦੀ ਜੇ ਆਪਾਂ ਗੱਲ ਕਰੀਏ ਤਾਂ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਬੋਲਣ ਵਾਲੇ ਜਿਹੜੇ ਨੇ ਉਹ ਬਹੁਤ ਲੋਕ ਨੇ ਜਿਹੜੇ ਅੱਜ ਤੋਂ ਹੁਣ ਸਟਾਰਟ ਹੋ ਚੁੱਕੀ ਹੈ ਮੇਰੇ ਖਿਆਲ 'ਤੇ ਆਉਣ ਵਾਲੇ ਦਿਨਾਂ 'ਚ ਆਪਾਂ ਵੇਖਾਂਗੇ, ਕਿਉਂਕਿ ਪਿਛਲੇ ਦਿਨ ਆਪਾਂ ਦੇਖਿਆ ਧੀਮਾਨ ਨੇ ਇੱਥੋਂ ਤੱਕ ਕਹਿ ਦਿੱਤਾ ਸੀ, ਜਿਹੜੇ ਕਿ ਸੰਗਰੂਰ ਤੋਂ ਵਿਧਾਇਕ ਨੇ ਉਹਨਾਂ ਨੇ ਕਿਹਾ ਸੀ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਚੋਣ ਲੜਨੀ ਪਈ ਤਾਂ ਮੈਂ 2022 ਦੀਆਂ ਚੋਣਾਂ ਨਹੀਂ ਲੜੂੰਗਾ। ਮਤਲਬ ਉਸੇ ਦਿਨ ਸ਼ਾਇਦ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਕੈਪਟਨ ਅਮਰਿੰਦਰ ਸਿੰਘ ਜਿਹੜੇ ਆ ਉਹ 2022 ਤੋਂ ਪਹਿਲਾਂ ਹੀ ਮੁੱਖ ਮੰਤਰੀ ਦੇ ਦੇਸ਼ ਤੋਂ ਜਿਹੜਾ ਉਹ ਬਾਹਰ ਹੋ ਜਾਣਗੇ। ਪਰ ਹੁਣ ਵੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਸਮਾਂ ਬਹੁਤ ਘੱਟ ਹੈ, 1 ਤੋਂ 2 ਘੰਟੇ ਦੇ ਵਿੱਚ ਮੇਰੇ ਹਿਸਾਬ ਨਾਲ ਹੋਰ ਮੁੱਖ ਮੰਤਰੀ ਦਾ ਚਿਹਰਾ ਜਿਹੜਾ ਉਹ ਅਨਾਊਂਸ ਹੋ ਜਾਵੇਗਾ। ਜੀ ਜੀ ਸਰ, ਜਿੱਦਾਂ ਮਤਲਬ ਉਹਨਾਂ ਨੇ ਕਿਹਾ ਵੀ ਬੀਜੇਪੀ ਦੇ ਆਗੂ ਨੇਗੇ ਮੋਹਨ ਲਾਲ, ਉਹਨਾਂ ਨੇ ਸਲਾਹ ਦਿੱਤੀ ਹੈ ਕੈਪਟਨ ਅਮਰਿੰਦਰ ਸਿੰਘ ਨੂੰ ਭਾਜਪਾ ਦੇ ਵਿੱਚ ਸ਼ਾਮਲ ਹੋ ਜਾਣ ਜੀ, ਤੇ ਕੱਲ ਬਿਆਨ ਵੀ ਸਾਹਮਣੇ ਆਇਆ ਅਮਰਿੰਦਰ ਸਿੰਘ ਦਾ ਜਿਹਦੇ ਵਿੱਚ ਉਹ ਸੰਕੇਤ ਵੀ ਦੇ ਰਹੇ ਨੇ ਕਿ ਉਹ ਆਪਣੀ ਪਾਰਟੀ ਬਦਲ ਸਕਦੇ ਨੇ, ਤੇ ਕੀ ਤੁਹਾਨੂੰ ਲੱਗਦਾ ਕਿ ਉਹ ਚੇਂਜ ਕਰਨਗੇ ਜਾਂ ਕਾਂਗਰਸ 'ਚ ਹੀ ਰਹਿਣਗੇ? ਬਿਲਕੁਲ ਕਮਲ, ਕਿਉਂਕਿ ਹਮੇਸ਼ਾ ਵੇਖਣ ਨੂੰ ਆਉਂਦਾ ਕਿ ਭਾਜਪਾ ਜਿਹੜੀ ਹੈ ਉਹ ਉਹਨਾਂ ਲੀਡਰਾਂ ਨੂੰ ਆਪਣੇ ਹੱਕ ਦੇ ਵਿੱਚ ਕਰਨ ਦੀ ਕੋਸ਼ਿਸ਼ ਕਰਦੀ ਹੈ, ਜਿਹੜੇ ਲੀਡਰ ਜਿਹੜੇ ਨੇ ਜਿਹਨੂੰ ਖਾਸ ਕਰਕੇ ਕਾਂਗਰਸ ਜਿਹੜੀ ਹੈ ਉਹਨਾਂ ਤੋਂ ਕਿਨਾਰਾ ਕਰ ਲੈਂਦੀ ਹੈ। ਮਾਸਟਰ ਮੋਹਨ ਲਾਲ ਦਾ ਕੱਲ੍ਹ ਦਾ ਬਿਆਨ ਆਪਾਂ ਵੇਖ ਸਕਦੇ ਹਾਂ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਉਹ ਖੁੱਲ੍ਹੇ ਦਿਲ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਦਾ ਸਵਾਗਤ ਕਰਦੇ ਨੇ, ਕਿਉਂਕਿ ਉਹਨਾਂ ਕੋਲ ਸਿੱਖ ਚਿਹਰਾ ਪੰਜਾਬ ਦੇ ਵਿੱਚ ਕੋਈ ਵੀ ਨਹੀਂ ਹੈਗਾ। ਜੇਕਰ ਕੈਪਟਨ ਅਮਰਿੰਦਰ ਸਿੰਘ ਭਾਜਪਾ ਦੇ ਵਿੱਚ ਸ਼ਾਮਲ ਹੁੰਦੇ ਨੇ ਤਾਂ ਇੱਕ ਬੜਾ ਵੱਡਾ ਜਿਹੜਾ ਆਪਾਂ ਇਹ ਕਹਿ ਸਕਦੇ ਹਾਂ ਕਿ ਇਹਦੇ ਕੋਲ ਭਾਜਪਾ ਦੇ ਕੋਲ ਇੱਕ ਬਹੁਤ ਵੱਡਾ ਚਿਹਰਾ ਆ ਜਾਏਗਾ। ਹਾਂ, ਗੱਲ ਆ ਜਾਂਦੀ ਹੈ ਕਿ ਕਿਆ ਕਿਸਾਨੀ ਅੰਦੋਲਨ ਦੇ ਚੱਲਦੇ ਕੈਪਟਨ ਅਮਰਿੰਦਰ ਸਿੰਘ ਜਿਹੜੇ ਨੇ ਉਹ ਭਾਜਪਾ 'ਚ ਜਾਣਗੇ ਜਾਂ ਨਹੀਂ ਜਾਣਗੇ। ਪਰ ਮੈਂ ਤੁਹਾਨੂੰ ਦੱਸ ਦੇਵਾਂ, ਆਪਣੇ ਦਰਸ਼ਕਾਂ ਨੂੰ ਦੱਸ ਦੇਵਾਂ, ਜੋ ਅੰਦਰਲੀਆਂ ਗੱਲਾਂ ਆ ਰਹੀਆਂ ਨੇ ਕਿ ਕਿਸਾਨਾਂ ਦੇ ਨਾਲ ਆਪਸੀ ਪੈਚਅਪ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਅੱਗੇ ਕੀਤਾ ਜਾ ਸਕਦਾ, ਕੈਪਟਨ ਜਿਹੜੇ ਨੇ ਉਹ ਇੱਕ ਕੜੀ ਬਣਨਗੇ ਭਾਜਪਾ ਅਤੇ ਕਿਸਾਨਾਂ ਦੇ ਵਿਚਕਾਰ, ਜੇਕਰ ਉਹਨਾਂ ਨੂੰ ਭਾਜਪਾ ਆਪਣੇ 'ਚ ਸ਼ਾਮਲ ਕਰਨਾ ਚਾਹੁੰਦੀ ਹੈ, ਜਾਂ ਇਹ ਕਹਿ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਖੁਦ ਭਾਜਪਾ 'ਚ ਚਾਹੁੰਦੇ ਨੇ। ਪਰ ਉੱਥੇ ਹੀ ਉਹਨਾਂ ਦੇ ਦੋਸਤ ਜਿਹੜੇ ਨੇ ਰਾਜਸਥਾਨ ਦੇ ਮੁੱਖ ਮੰਤਰੀ ਗਹਿਲੋਤ, ਉਹਨਾਂ ਦਾ ਵੀ ਇੱਕ ਟਵੀਟ ਸਾਹਮਣੇ ਆਇਆ। ਉਹਨਾਂ ਨੇ ਕਿਹਾ ਕਿ ਕਾਂਗਰਸ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬਹੁਤ ਕੁਝ ਦਿੱਤਾ ਹੈ। ਖੁਦ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਨੇ ਕਿ ਉਹ 9.5 ਸਾਲ ਪੰਜਾਬ ਦੇ ਮੁੱਖ ਮੰਤਰੀ ਰਹੇ ਨੇ, ਅਤੇ ਇਸ ਲਈ ਮੈਂ ਉਹਨਾਂ ਤੋਂ ਆਸ ਕਰਦਾ ਕਿ ਕੈਪਟਨ ਅਮਰਿੰਦਰ ਸਿੰਘ ਕੋਈ ਵੀ ਇਸ ਤਰ੍ਹਾਂ ਦਾ ਕਦਮ ਨਹੀਂ ਚੁੱਕਣਗੇ ਜਿਸ ਦੇ ਨਾਲ ਕਾਂਗਰਸ ਨੂੰ ਨੁਕਸਾਨ ਹੋਵੇਗਾ। ਸਾਫ਼ ਹੈ ਕਿ ਜਿਹੜੇ ਉਹਨਾਂ ਦੇ ਦੋਸਤ ਜੋ ਉਹਨਾਂ ਨੇ ਕਾਂਗਰਸ ਦੇ ਵਿੱਚ ਨੇ ਉਹਨਾਂ ਨੂੰ ਸਮਝਾਉਣ ਦੀ ਵੀ ਬੜੀ ਪੂਰੀ ਕੋਸ਼ਿਸ਼ ਕਰ ਰਹੇ ਨੇ, ਪਰ ਜਿਸ ਤਰੀਕੇ ਦੇ ਨਾਲ ਕੱਲ੍ਹ ਉਹਨਾਂ ਦੇ ਇੰਟਰਵਿਊਜ਼ ਵੱਖ ਵੱਖ ਚੈਨਲਾਂ ਦੇ ਵਿੱਚ ਨਸ਼ਰ ਹੋਏ ਸਨ, ਉਸ ਤੋਂ ਸਾਫ਼ ਸੀ ਕਿ ਕੈਪਟਨ ਅਮਰਿੰਦਰ ਸਿੰਘ ਜਾਂ ਤਾਂ ਨਵੀਂ ਸਿਆਸੀ ਪਾਰਟੀ ਦੀ ਨੀਂਹ ਰੱਖਣਗੇ ਜਾਂ ਫਿਰ ਉਹ ਕਿਸੇ ਹੋਰ ਪਾਰਟੀ ਦੇ ਵਿੱਚ ਜਾ ਸਕਦੇ ਨੇ। ਹਾਂ, ਇਹੀ ਕਾਰਨ ਹੈ ਕਿ ਹੁਣ ਤੱਕ ਜੇਕਰ ਮੁੱਖ ਮੰਤਰੀ ਦਾ ਚਿਹਰਾ ਅਨਾਊਂਸ ਨਹੀਂ ਹੋਇਆ ਉਹਦੇ ਪਿੱਛੇ ਇੱਕ ਕਾਰਨ ਇਹ ਵੀ ਹੈ ਕਿ ਦੇਰੀ ਇਸ ਲਈ ਹੋ ਰਹੀ ਹੈ ਕਿਉਂਕਿ ਪਾਰਟੀ ਚਾਹੁੰਦੀ ਹੈ ਕਿ ਮੁੱਖ ਮੰਤਰੀ ਉਸ ਵਿਅਕਤੀ ਨੂੰ ਬਣਾਇਆ ਜਾਵੇ ਜਿਨ੍ਹਾਂ ਜਿਹੜੇ 70 ਤੋਂ 80 ਵਿਧਾਇਕ ਜਿਹੜੇ ਹੈਗੇ ਆ ਉਹ ਉਹਨਾਂ ਨੂੰ ਨਾਲ ਲੈ ਕੇ ਚੱਲ ਸਕੇ, ਕਿਉਂਕਿ 4 ਮਹੀਨੇ ਰਹਿ ਗਏ ਆ। ਪਾਰਟੀ ਨਹੀਂ ਚਾਹੇਗੀ ਕਿ ਪੰਜਾਬ ਦੇ ਵਿੱਚੋਂ ਵੀ ਉਹਨਾਂ ਦੀ ਸਰਕਾਰ ਜਿਹੜੀ ਆ ਉਹ ਤਹਿਸ ਨਹਿਸ ਹੋ ਜਾਵੇ, ਕਿਤੇ ਕੈਪਟਨ ਅਮਰਿੰਦਰ ਸਿੰਘ 35 ਜਾਂ 40 ਵਿਧਾਇਕਾਂ ਨੂੰ ਆਪਣੇ ਨਾਲ ਲੈ ਕੇ ਉਹ ਪਾਰਟੀ ਤੋਂ ਜਿਹੜਾ ਹੈਗਾ ਅਸਤੀਫਾ ਦੇ ਦੇਣ ਅਤੇ ਇੱਕ ਰਾਸ਼ਟਰਪਤੀ ਰਾਜ ਜਿਹੜਾ ਹੈਗਾ ਉਹ ਪੰਜਾਬ ਦੇ ਵਿੱਚ ਨਾ ਲੱਗ ਜਾਵੇ। ਜੀ ਬਿਲਕੁਲ, ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਅਸੀਂ ਲਗਾਤਾਰ ਜਿਹੜਾ ਹੈਗਾ ਤੁਹਾਨੂੰ ਇਸ ਸੰਬੰਧੀ ਜਾਣਕਾਰੀ ਦਿੰਦੇ ਰਹਾਂਗੇ, ਕਿ ਵੱਡੀਆਂ ਅਪਡੇਟਸ ਜਿਹੜੀਆਂ ਨੇ ਉਹ ਲਗਾਤਾਰ ਆ ਰਹੀਆਂ ਨੇ। ਤੁਸੀਂ ਕਿਤੇ ਨਾ ਜਾਇਓ, ਵਾਈਬ ਮੀਡੀਆ ਦੇ ਨਾਲ ਜੁੜੇ ਰਹੋ। ਅਸੀਂ ਤੁਹਾਨੂੰ ਇੱਕ ਬ੍ਰੇਕ ਤੋਂ ਬਾਅਦ ਜਿਹੜਾ ਵਾਪਸ ਫਿਰ ਕੇ ਮਿਲਦੇ ਹਾਂ, ਜਿਸਦੇ ਵਿੱਚ ਤੁਹਾਨੂੰ ਵੱਡੇ ਖੁਲਾਸੇ, ਖਾਸ ਕਰਕੇ ਸੀਐਮ ਕੌਣ ਹੋਵੇਗਾ ਉਸਦੇ ਬਾਰੇ ਜਾਣਕਾਰੀ ਦੇਵਾਂਗੇ।